ਹਾਜੀ ਸਾਹਿਬ ਜੀ ਕੋਈ ਐਸਾ ਕੰਮ ਦੱਸੋ ਕਿ ਕਰਨ ਲੋਕੀ ਤੇ ਪੈਸੇ ਮੈਨੂੰ ਆਣ ਲੈ ਪੁੱਤਰ ਤੈਨੂੰ ਐਸਾ ਕੰਮ ਦੱਸਣੇ ਯਾਦ ਕਰੇਗਾ ਪਿਆ ਦੱਸੋ ਜੀ ਲਾਹੌਰ ਲਾਰੀ ਅੱਡੇ ਦਾ ਪਤਾ ਹੀ ਹਾਂਜੀ ਉੱਥੇ ਲੈਟਰੀਨਾਂ ਦੇ ਬਾਹਰ ਪੈ ਗਿਆ ਭਾਈ ਸਾਹਿਬ 15 ਫਲਾਂ ਦੇ ਨਾਮ ਤੇ ਦੱਸੋ ਇਹ ਆਈਫੋਨ ਤੁਹਾਡਾ ਸਹੀ ਗੱਲ ਹੈ ਹਾਂਜੀ ਅੱਛਾ ਅੰਬ ਸੇਬ ਤੇ ਮਾਲਟਾ ਹਾਂਜੀ ਤਿੰਨ ਹੋ ਗਏ 12 ਰਹਿ ਗਏ ਕੇਲੇ ਦਰਜਨ 12 6 ਮਹੀਨੇ ਅੱਜ ਕੀ ਹੋਇਆ 12 14 ਬਾਲ ਹਨ ਤੇ ਉਹਨਾਂ ਦੇ ਮਾਵਾਂ ਲੈਦਾ ਲੈਦਾ ਮੇਰੀ ਇੱਕ ਵੀਡੀਓ ਬਲੈਕ ਲਿਸਟ ਤੇ ਲਗਾ ਦੀ ਇਹਨਾਂ ਨੇ ਅਸਲਾਮ वालेकुम क्या हाल है ठीक है हैरियत से अल्हम्दुलिल्लाह हैरियत से पहुंचे बिल्कुल हम खैर टिकटॉक कब स्टार्ट किया है ये तकरीबन 2 साल तो हो गई होंगे टिकटॉक क्यों स्टार्ट किया इस उम्र में वो मेरी ये बिल्डिंग है ये टिकटॉक बन दी है इतने मुंडे आए थे मेरे को रेंट पे ते आके ते उत्ते वीडियो बनाण करन मैं असर तो बाद जांदा हां ते पानी जानी पौधियां नु लाना ਤੇ ਗੋਡੀ ਵੀ ਕਰਨੀ ਮੈਂ ਆਪਣੇ ਮੁੰਡਿਆਂ ਨੂੰ ਆਖਿਆ ਯਾਰ ਮੇਰੀ ਵੀ ਕੋਈ ਫੋਟੋ ਲੈ ਲਓ ਉਹ ਉਹਨਾਂ ਮਜ਼ਾਕ ਸਮਝਿਆ ਆਂਦੇ ਨੇ ਫਰਕ ਹੋ ਕੇ ਤੇ ਲੈਨੇ ਆ ਤੇ ਠੀਕ ਹੈ ਫਰਕ ਹੋਣ ਤੇ ਥੱਲੇ ਉਤਰ ਜਾਣ ਕਰ ਮੈਂ ਆਵਾਜ਼ ਮਾਰਨੀ ਆ ਮੁੰਡੇ ਉਹ ਗੱਲ ਸੁਣ ਹੋਰ ਤੇਜ਼ ਹੋ ਜਾ ਐਸੇ ਤੋਂ ਲੈ ਉਤਾਰ ਥੱਲੇ ਉਤਰ ਜਾ 3-4 ਮਹੀਨੇ ਜੀ ਕੀਤਾ ਇੱਕ ਦਿਨ ਪਤਾ ਨਹੀਂ ਕੀ ਖਿਆਲ ਆਇਆ ਇਹ ਭਾਜੀ ਮੁੰਡਾ ਤੇ ਕਰ ਰਠੋਰ ਉਸਮਾਨ ਰਠੋਰ ਉਹਨਾਂ ਨੇ ਅੱਜ ਸਭ ਤੁਹਾਡੇ ਨਾਲ ਇੱਕ ਵੀਡੀਓ ਬਣਾਉਣੀ ਮੈਂ ਆਖਿਆ ਤੁਹਾਨੂੰ ਕਿੰਨੀਆਂ ਚਿਰਾਂ ਦਾ ਨਾਮ ਆਓ ਮੇਰੇ ਕੋਲ ਤੇ ਉਹਨਾਂ ਬਣਾਈ ਅੱਛਾ ਸਰ ਆਪਕੀ ਪਹਿਲੀ ਵੀਡੀਓ ਵਾਇਰਲ ਹੋ ਗਈ ਸੀ ਨਾ ਹਾਂ ਤੋ ਕਿਤਾ ਕਿਵੇਂ ਮਹਿਸੂਸ ਹੋਇਆ ਪਹਿਲੀ ਵੀਡੀਓ ਆਪਕੀ ਵਾਇਰਲ ਹੋ ਗਈ ਸੀ ਨਾ ਕਿਵੇਂ ਮਹਿਸੂਸ ਹੋਇਆ ਉਹ ਮੈਂ ਮੁਝੇ ਤੋਂ ਇਤਨਾ ਪਤਾ ਨਹੀਂ ਤਾ ਉਹ ਵਾਇਰਲ ਹੋ ਫਿਰ ਉਸਨੇ ਦੂਸਰੇ ਦਿਨ ਵੀ ਤੀਸਰੇ ਦਿਨ ਵੀ ਫਿਰ ਕਹਿਣ ਲੱਗੇ ਹੋਰ ਕਿਸੇ ਕੇ ਸਾਥ ਨਾ ਬਣਾ ਅਜਾ ਪਨੀ ਵੀਡੀਓਸ ਆ ਬਣਾਤੇ ਪਨੀ ਵੀਡੀਓਸ ਕੀ ਬਣਾਤੇ ਪਨੀ ਵੀਡੀਓ ਇਸ ਲਈ ਬਣਾਤੇ ਹੈ ਕਿ ਆਪ ਕੋ ਪਤਾ ਹੈ ਨਾ ਪਾਕਿਸਤਾਨ ਮੇ ਹਰ ਆਦਮੀ ਪਰੇਸ਼ਾਨ ਹੈ ਦੁਖੀ ਹੈ ਮਹਿੰਗਾਈ ਕੀ ਵਜ੍ਹਾ ਸੇ ਔਰ ਕਿਸੀ ਤੋ ਕਿਸੀ ਕੋ ਅਨਸਨਾ ਅਨਸਾਨਾ ਵੀ ਇੱਕ ਸਦਕਾ ਜਾ ਰਹੀ ਹੈ ਇਸ ਲਈ ਮੈਂ ਕਾਫੀ ਖੁਸ਼ੀ ਹੋਤੀ ਹੈ ਆਪਕੋ ਦੇਖ ਕਰ ਆਪਕੋ ਲੋਕ ਤੰਕੀਜ਼ ਤੋ ਨਹੀਂ ਕਰਤੇ ਕਿ ਆਪ ਇਸ ਉਮਰ ਮੇ ਵੀ ਇਹ ਕੰਮ ਕਰਤੇ ਉਹ ਮੇਰੇ ਨਾਲ ਮਨੂੰ ਨਾਦ ਖਾਨ ਜਿਹੜੇ ਨੇ ਨਾ ਨਾਦ ਖਾਨ ਉਹ ਵੀ ਆਪਣੀ ਮੈਂ ਬਣਾਉਂਦੇ ਕਰ ਬਣਾਤੇ ਹਾਂ ਕਿਉਂਕਿ ਆਵਾਮ ਲਿਆਉਂਦੇ ਆਵਾਮ ਹੁੰਦੀ ਹੈ ਮਾਲਮੀ ਵੀ ਮੇਰੇ ਨਾਲ ਪਿਆਰ ਕਰਦੇ ਨੇ ਵਿੱਚ ਐਸੇ ਅਨਾਸਰ ਹੁੰਦੇ ਨੇ ਜਿਹੜੇ ਕਿ ਨਹੀਂ ਫੀਲ ਕਰਦੇ ਮਤਲਬ ਤਨਕੀਦ ਕਰਦੇ ਨੇ ਮੈਂ ਉਹਨਾਂ ਦੀ ਪਰਵਾਹ ਨਹੀਂ ਹੋਇਆ ਮੇਰੇ ਸਾਥ ਮੇਰੀ ਇੱਕ ਵੀਡੀਓ ਬਲੈਕ ਲਿਸਟ ਤੇ ਲਗਾ ਦੀ ਇਹਨਾਂ ਨੇ ਤਨਵੀਮ ਵਾਲੋਂ ਨੇ ਅੱਛਾ ਆਪਣੀ ਖਾਹਿਸ਼ ਹੈ ਇਸ ਮਤਲਬ ਆਪਨੇ ਸਭ ਸਾਰੀ ਜ਼ਿੰਦਗੀ ਜੀ ਲਈ ਹੈ ਆਪਕੀ ਕੀ ਖਾਹਿਸ਼ ਹੈ ਅਰੇ ਕਹਿਣਾ ਕੀ ਚਾਹਤੇ ਹੋ ਖਾਹਿਸ਼ ਬਸ ਹੋਰ ਕੀ ਖਾਹਿਸ਼ ਹੋਣੀ ਚਾਹੀਏ ਅੱਲਾ ਨੇ ਹਰ ਕੰਮ ਮੇਰਾ ਕੀ ਹੈ ਅੱਲਾ ਤਾਲਾ ਦਾ ਫਜ਼ਲ ਹੈ ਕਰਮ ਹੈ ਬੱਚੇ ਵੀ ਹੈ ਸਭ ਸ਼ਾਦੀ ਜੁਦਾ ਹੈ ਅੱਲਾ ਨੇ ਦੌਲਤ ਵੀ ਦਿੱਤੀ ਹੈ ਪ੍ਰਾਪਰਟੀ ਵੀ ਦਿੱਤੀ ਹੈ ਅੱਲਾ ਨੇ ਆਪਣਾ ਘਰ ਵੀ ਦਿਖਾਇਆ 6 ਮਹੀਨੇ ਅੱਜ ਕੀ ਹੋਇਆ ਹਾਂ ਤੇ ਕੋਈ ਮਹਿਸੂਸ ਨਹੀਂ ਕਰ ਸਕਦਾ ਮੈਂ ਬਗੈਰ ਕਿਸੇ ਲੈਣ ਦੁਆਨ ਤੋਂ ਆਪਣੇ ਬਿਜ਼ਨਸ ਦਾ ਖੁਦ ਵੀਜ਼ਾ ਅਮਰੀਕਾ ਦਾ ਲਿਆ ਟਿਕਟੌਕ ਸੇ ਕਿਤਨੇ ਪੈਸੇ ਕਮਾਤੇ ਹੈ ਮੈਂ ਕੋਈ ਪੈਸਾ ਨਹੀਂ ਕਮਾਉਂਦਾ ਫ੍ਰੀ ਮੈਂ ਸਾਰੇ ਟਿਕਟੌਕਰ ਤੇ ਪੈਸੇ ਕਮਾਉਂਦੇ ਹੈ ਲੋਕ ਕਮਾਤੇ ਹੈ ਮੇਰੇ ਪਾਸ ਮੈਂ ਮੇਰਾ ਦੋਸਤ ਹੈ ਉਹ ਕਹਿੰਦਾ
ਕਿ ਬੈਠੋ ਲਾਈਵ ਪੇ ਬੈਠੋ ਬੈਠੋ ਬਹੁਤ ਪੈਸਾ ਹੈ ਮੈਂ ਬੈਠਦਾ ਹੀ 6 ਮਾਹ ਹੋ ਗਏ ਹੈ ਸਾਲ ਤਕਰੀਬਨ ਉਹ ਮੈਨੂੰ ਕਹਿ ਰਹਾ ਅਬ ਅੰਡਾ ਪਹਿਲੇ ਆਇਆ ਹੈ ਜਾਂ ਮੁਰਗੀ ਪਹਿਲੇ ਆਈ ਹੈ ਉਹ ਸੁਣਾ ਚੱਲ ਅੰਡਾ ਪਹਿਲੇ ਆਇਆ ਜੇ ਮੁਰਗੀ ਆਈ ਹੈ ਅੱਲਾਹ ਤਾਲਾ ਨੇ ਤਾਂ ਪਹਿਲੇ ਮੁਰਗੀ ਭੇਜੀ ਹੈ ਨਾ ਤਾਂ ਫਿਰ ਅੰਡਾ ਆਇਆ ਬਹੁਤ ਸ਼ੁਕਰੀਆ ਆਪਕਾ ਆਪਨੇ ਟਾਈਮ ਦਿਆ ਬਹੁਤ ਸ਼ੁਕਰੀਆ ਅੱਲਾਹ ਖੁਸ਼ ਰੱਖੇ ਉਹ ਅੱਲਾਹ ਦਾ ਕੰਮ ਹੈ ਨਾ ਅੱਲਾਹ ਤਾਲਾ ਨੇ ਮਖਲੂਕ ਬਣਾਉਣੀ ਸੀ ਮਖਲੂਕ ਕੇ ਲਈ ਰਾਸ਼ਨ ਦੇਣਾ ਥਾ ਸੇ ਮੇਰੇ ਬਹੁਤ ਜ਼ਿਆਦਾ ਖੁਆਇਸ਼ ਨਹੀਂ ਆਪ ਸੇ ਮਿਲ ਕੇ ਆਪ ਇਸ ਇਵਨ ਮੇ ਮੁਲਾਕਾਤ ਹੋ ਖੁਆਇਸ਼ ਰਹਿ ਗਈ ਹੈ ਓ ਅਵੇ ਛੋਟੀ ਜੀ ਅਵੇ ਛੋਟੀ ਜੀ ਖਾਸ਼ ਅਵੇ ਛੋਟੀ ਜੀ ਛੋਟੀ ਜੀ ਖਾਸ਼ ਕੀ ਕੀ ਹੈ 12 14 ਬਾਲ ਹਨ ਤੇ ਉਹਨਾਂ ਦੇ ਮਾਮਾ ਲੈਦਾ ਲੈਦਾ ਕੈਮਰਾ ਮਣ ਸ਼ਾ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ